ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਬਾਈ ਜੀ ਤੁਹਾਡਾ? ਚੰਦਪੁਰਾ ਜੀ। ਅੱਛਾ, ਕੀ ਨਾਮ ਹੈ ਜੀ ਤੁਹਾਡਾ? ਜਰਨੈਲ ਸਿੰਘ ਜੀ। ਅੱਛਾ ਜੀ, ਤੁਹਾਨੂੰ ਕੀ ਸਮੱਸਿਆ ਸੀਗੀ? ਦਰੰਗ ਦੀ ਸਾਈਡ ਦੀ ਪਰਸਾ ਦੱਬਦਾ ਸੀਗਾ। ਅੱਛਾ ਜੀ, ਇੱਕ ਲੀਵਰ ਦੇ ਨੁਕਸ ਸੀਗਾ। ਠੀਕ ਆ ਜੀ। ਅਤੇ ਫਿਰ ਤੁਸੀਂ ਮਤਲਬ ਕੋਈ ਪ੍ਰੋਡਕਟ ਖਾਧਾ ਜਾਂ ਕਿੱਦਾਂ, ਕੀ ਮੈਡੀਸਨ ਲਈ ਹੈ ਜੀ? ਹਾਂਜੀ, ਅਸੀਂ ਜੀ ਦੂਆ ਆਪਣਾ ਦਵਾਈ ਖਾਧੀ ਸੀ। ਕਿਹੜੀ ਦਵਾਈ ਜੀ? ਇਹ ਡੱਬੀ ਵਾਲੀ ਦਵਾਈ ਖਾਧੀ ਸੀ, ਰੈਂਟਸਨੋਵਾ। ਹਾਂਜੀ, ਇਹਦਾ ਤੁਹਾਨੂੰ ਕੀ ਰਿਜ਼ਲਟ ਮਿਲਿਆ ਜੀ? ਇਹਦਾ ਜੀ ਠੀਕ ਹੈ ਜੀ, ਵਧੀਆ। ਮਤਲਬ ਲੀਵਰ ਵੀ ਠੀਕ ਆ ਹੁਣ? ਹਾਂਜੀ, ਲੀਵਰ ਠੀਕ ਆ, ਪਾਸਾ ਵਧੀਆ ਚੱਲ ਫਿਰ ਸਕਦੇ? ਹਾਂ, ਵਧੀਆ ਚੱਲ ਪਿਆ। ਠੀਕ ਆ ਜੀ, ਠੀਕ। ਦੋ ਤਿੰਨ ਡੱਬੀਆਂ ਖਾਧੀਆਂ। ਠੀਕ ਆ ਜੀ, ਜਮਾਂ ਠੀਕ ਹੋ ਗਏ। ਠੀਕ ਆ ਜੀ, ਹੋਰ ਕੋਈ ਸਮੱਸਿਆ ਨਹੀਂ ਤੁਹਾਨੂੰ? ਨਹੀਂ ਜੀ, ਹੋਰ ਕੋਈ ਨਹੀਂ ਜੀ। ਠੀਕ ਆ ਜੀ, ਅਤੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜੀ? ਅਸੀਂ ਕਹਿੰਦੇ ਜੀ ਆਹ ਖਾਓ ਵੱਧ ਤੋਂ ਵੱਧ। ਹਾਂਜੀ, ਇਹ ਠੀਕ ਹੈ, ਵਧੀਆ। ਠੀਕ ਆ ਜੀ, ਇਹ ਡਾਕਟਰ ਮਨਜੀਤ ਸਿੰਘ ਤੋਂ ਲੱਗੇ ਸੀ ਉੱਥੋਂ। ਠੀਕ ਆ, ਠੀਕ ਆ ਜੀ, ਠੀਕ ਆ, ਵਧੀਆ ਦਵਾਈ ਆ। ਠੀਕ ਆ ਜੀ, ਮਿਹਰਬਾਨੀ ਬਾਈ ਜੀ, ਧੰਨਵਾਦ।